ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ 'ਤੇ। ਤਾਂ ਦੋਸਤੋ, ਕਰੋ ਇੱਕ ਹੋਰ ਵੱਡਾ ਕਬੱਡੀ ਕੱਪ ਨੋਟ, ਜਿੱਥੇ ਕਿ ਚੱਲਦੇ ਮੈਚਾਂ ਦੇ ਵਿੱਚ ਰੇਡਾਂ ਅਤੇ ਜੱਫਿਆਂ 'ਤੇ ਫੋਰ ਟਰੈਕਟਰ ਲਾਏ ਜਾਣਗੇ। ਤਾਂ ਦੋਸਤੋ, ਇਹ ਵੱਡਾ ਕਬੱਡੀ ਕੱਪ ਹੋਣਾ ਹੈ ਪਿੰਡ ਬੇਗੋਵਾਲ, ਜ਼ਿਲ੍ਹਾ ਕਪੂਰਥਲਾ ਵਿਖੇ, ਜਿੱਥੇ ਕਿ ਇਹ ਕਬੱਡੀ ਕੱਪ 3 ਜਨਵਰੀ 2024 ਨੂੰ ਕਰਵਾਇਆ ਜਾਵੇਗਾ, ਜਿਸ ਦੇ ਵਿੱਚ ਆਲ ਓਪਨ ਦੀਆਂ 8 ਟੀਮਾਂ ਭਾਗ ਲੈਣਗੀਆਂ। ਇੱਥੇ ਇਹਨਾਂ ਟੀਮਾਂ ਦੇ ਲਈ ਪਹਿਲਾ ਇਨਾਮ 1,00,000 ਰੱਖਿਆ ਗਿਆ ਹੈ, ਦੂਜਾ ਇਨਾਮ 75,000 ਅਤੇ ਬੈਸਟਾਂ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣਗੇ। ਇਸ ਤੋਂ ਇਲਾਵਾ ਚੱਲਦੇ ਮੈਚਾਂ ਦੇ ਵਿੱਚ ਰੇਡਾਂ ਅਤੇ ਜੱਫਿਆਂ ਦੇ ਵਿੱਚ ਫੂਡ ਟਰੈਕਟਰ ਲੱਗਦੇ ਹੋਏ ਤੁਸੀਂ ਪਹਿਲੀ ਵਾਰ ਦੇਖੋਗੇ। ਸੋ ਦੋਸਤੋ, ਇਹ ਕਬੱਡੀ ਕੱਪ ਵੀ ਫਿਰ ਦੇਖਣ ਵਾਲਾ ਹੋਵੇਗਾ, ਕਿਉਂਕਿ ਬੈਸਟਾਂ ਨੂੰ ਫੂਡ ਤਾਂ ਬਹੁਤ ਵਾਰੀ ਸੁਣਿਆ ਸੀ, ਪਰ ਐਤਕੀ ਰੇਡਾਂ ਅਤੇ ਜੱਫਿਆਂ 'ਤੇ ਪਹਿਲੀ ਵਾਰ ਲੱਗਣਗੇ। ਤਾਂ ਦੋਸਤੋ, ਤਰੀਕ ਇੱਕ ਵਾਰ ਫਿਰ ਨੋਟ ਕਰ ਲਓ, 3 ਜਨਵਰੀ 2024, ਪਿੰਡ ਹੋਵੇਗਾ ਬੇਗੋਵਾਲ, ਜ਼ਿਲ੍ਹਾ ਹੋਵੇਗਾ ਕਪੂਰਥਲਾ,